ਨਸ਼ਾ ਤਸਕਰਾਂ ਤੇ ਪੁਲਿਸ ਦੇ ਵਿਚਾਲੇ ਮੁੱਠਭੇੜ ਹੋਈ ਹੈ, ਜਿੱਥੇ ਪੁਲਿਸ ਦੇ ਵੱਲੋਂ ਰੇਡ ਕੀਤੇ ਗਏ ਨਸ਼ਾ ਤਸਕਰਾਂ ਨੂੰ ਫੜਨ ਗਈ ਸੀ ਪੁਲਿਸ ਤਾਂ ਉੱਥੇ ਹੀ ਆਪਸੀ ਲੜਾਈ ਹੋ ਗਈ, ਮੁੱਠਭੇੜ ਹੋਈ, ਫਾਇਰਿੰਗ ਹੋਈ ਦੋਨੋਂ ਪਾਸਿਆਂ ਤੋਂ, ਜਿੱਥੇ ਇੱਕ ਨਸ਼ਾ ਤਸਕਰ ਜ਼ਖਮੀ ਹੋਇਆ ਜਦਕਿ ਦੂਜਾ ਫਰਾਰ ਹੋ ਗਿਆ। ਦੱਸ ਦਈਏ ਕਿ ਲੁਧਿਆਣਾ ਦੇ ਧਾਂਦਰਾਂ ਰੋਡ ਤੇ ਸਥਿਤ ਪਿੰਡ ਮਹਿਮੂਦਪੁਰਾ ਦੀ ਇਹ ਸਾਰੀ ਘਟਨਾ ਹੈ, ਜਿੱਥੇ ਪੁਲਿਸ ਦੇ ਵੱਲੋਂ CIA 1 ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਤਾਂ ਪੁਲਿਸ ਤੇ ਇੱਥੇ ਜਿਨ੍ਹਾਂ ਦੇ ਘਰ ਰੇਡ ਕੀਤੀ ਗਈ ਪਰਿਵਾਰਕ ਮੈਂਬਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਉਧਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਇਸ ਦੌਰਾਨ ਗੋਲੀ ਚਲਾਈ ਜੋ ਕਿ ਇਸ ਨਸ਼ਾ ਤਸਕਰ ਦੇ ਭਰਾ ਦੇ ਜਾ ਲੱਗੀ, ਜਿਸ ਦਾ ਨਾਮ ਰੋਹਿਤ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਉਧਰ ਹੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਇਸ ਨਸ਼ਾ ਤਸਕਰ ਦੀ ਮਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਹਾਲਾਂਕਿ ਖੁਦ ਜੋ ਇਹ ਨਸ਼ਾ ਤਸਕਰ ਮੁਨੀਸ਼ ਦੱਸਿਆ ਜਾ ਰਿਹਾ ਹੈ, ਉਹ ਫਰਾਰ ਹੋ ਗਿਆ ਹੈ ਮੌਕੇ ਤੋਂ, ਤਾਂ ਉਸਦੇ ਭਰਾ ਜੋ ਜ਼ਖਮੀ ਹੈ ਉਸਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ, ਮਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ। ਖੁਦ ਇਹ ਨਸ਼ਾ ਤਸਕਰ ਪੁਲਿਸ ਤੋਂ ਬਚਦਾ ਹੋਇਆ ਉੱਥੋਂ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ NDPS ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਇੱਥੇ ਰੇਡ ਕੀਤੀ ਗਈ ਸੀ ਤੇ ਇਸੇ ਦੌਰਾਨ ਹੱਥੋਂ ਪਾਈ ਹੋਈ ਤੇ ਗੱਲ ਗੋਲੀਆਂ ਤੱਕ ਪਹੁੰਚ ਗਈ। ਪੁਲਿਸ ਦੇ ਵੱਲੋਂ ਵੀ ਇੱਥੇ ਝਗੜੇ ਦੇ ਵਿੱਚ ਜਦੋਂ ਪੁਲਿਸ ਕਰਮੀ ਜ਼ਖਮੀ ਹੋਇਆ ਤਾਂ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਗਈ, ਜਿਸ ਦੌਰਾਨ ਇਸ ਨਸ਼ਾ ਤਸਕਰ ਦਾ ਭਰਾ ਜ਼ਖਮੀ ਹੋਇਆ। ਜਦੋਂ ਇਸ ਮਾਮਲੇ ਬਾਰੇ ਰੋਹਿਤ ਦੀ ਪਤਨੀ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਹੈ ਕਿ ਸਵੇਰੇ 8:30 ਵਜੇ ਦੇ ਕਰੀਬ ਪੁਲਿਸ ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ ਤੇ ਦਰਵਾਜ਼ਾ ਨਾ ਖੋਲਣ ਤੇ ਪੁਲਿਸ ਦੇ ਵੱਲੋਂ ਕੰਧ ਟੱਪ ਕੇ ਛੱਤ ਤੋਂ ਹੁੰਦੇ ਹੋਏ ਅੰਦਰ ਦਾਖਲ ਹੋਏ ਨੇ ਤੇ ਇਸੇ ਵਿਚਾਲੇ ਉਹਨਾਂ ਦੀ ਝੜਪ ਹੋਈ ਹੈ, ਜਿਸ ਵਿੱਚ ਇੱਕ ਪੁਲਿਸ ਕਰਮੀ ਜ਼ਖਮੀ ਹੋਇਆ ਹੈ, ਜਿਸ ਨੂੰ ਡਾਂਗਾ ਮਾਰੀਆਂ ਗਈਆਂ ਤੇ ਉਧਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਗਈ ਜੋ ਕਿ ਇਸ ਨਸ਼ਾ ਤਸਕਰ ਮੁਨੀਸ਼ ਦੇ ਭਰਾ ਰੋਹਿਤ ਨੂੰ ਲੱਗੀ, ਜੋ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਉਧਰ ਹੀ ਇਸ ਮੁਨੀਸ਼ ਦੀ ਮਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦਕਿ ਉਸਦਾ ਭਰਾ ਵੀ ਜੋ ਜ਼ਖਮੀ ਹੈ ਉਹ ਵੀ ਪੁਲਿਸ ਹਿਰਾਸਤ ਵਿੱਚ ਹੈ ਤੇ ਮੁਨੀਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ। ਹਾਂਜੀ, ਸਵੇਰੇ 8:30 ਵਜੇ ਆਈ ਹੈ ਤੇ ਮਤਲਬ ਬੂਹਾ ਖੜਕਾਉਂਦੇ ਪਏ ਸੀ, ਮੇਰੀ ਸੱਸ ਬੂਹਾ ਖੋਲਣ ਗਏ ਸੀ, ਉਹਨਾਂ ਨੇ ਜਦੋਂ ਬੂਹਾ ਨਹੀਂ ਖੋਲਿਆ ਉਹਨਾਂ ਨੂੰ ਲੱਗਾ ਕਿ ਜਿੱਦਾਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਉਂਦੇ ਚੋਰੀ ਵਗੈਰਾ ਕਰਨ ਆਏ ਆ, ਉਹ ਕਹਿੰਦੇ ਆਪਾਂ ਮੁਨੀਸ਼ ਨੂੰ ਗ੍ਰਿਫਤਾਰ ਕਰਨਾ। ਸੱਸ ਮੇਰੀ ਨੇ ਬੂਹਾ ਨਹੀਂ ਖੋਲਿਆ ਪਰ ਉਹ ਨਾਲ ਦੇ ਘਰੋਂ ਪੌੜੀਆਂ ਤੋਂ ਠਾਹ ਨੂੰ ਆਏ ਇੱਕ ਜਣਾ, ਸੱਸ ਮੇਰੀ ਨੇ ਅੰਦਰਲਾ ਬੂਹਾ ਮਤਲਬ ਖੁੱਲ੍ਹ ਲੱਗੇ, ਉਹਨਾਂ ਧੱਕਾ ਮਾਰਿਆ ਅਤੇ ਸੱਸ ਮੇਰੀ ਥੱਲੇ ਡੇਗ ਗਏ। ਜਦੋਂ ਬਾਹਰ ਸਾਰੇ ਜਣ ਗਏ ਉਹ ਕਹਿੰਦੇ ਮੁਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ, ਆਪਾਂ ਕਿਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ, ਪਰ ਜਦੋਂ ਬਾਹਰ ਨੂੰ ਸਾਰੇ ਜਣ ਗਏ ਅਤੇ ਘਰਦਿਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਉਂਦੇ ਆ ਉਹ ਚੀਜ਼ ਆ, ਘਰ ਦੇ ਉਹਨੂੰ ਛਡਾਉਣ ਲੱਗ ਪਏ, ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਦੇ, ਬਾਅਦ 'ਚ ਉਹਨਾਂ ਗੋਲੀ ਚਲਾ ਦਿੱਤੀ, ਉਹ ਮੇਰੇ ਘਰ ਵਾਲੇ ਦੇ ਲੱਗ ਗਏ। ਕੀ ਨਾਮ ਘਰ ਵਾਲੇ? ਰੋਹਿਤ ਹੀਰਾ। ਅੱਛਾ, ਮੁਨੀਸ਼ ਨੂੰ ਫੜਨ ਆਏ ਸੀ? ਹਾਂਜੀ। ਦੱਸਿਆ ਕਿਹੜੇ ਮਾਮਲੇ 'ਚ ਆਏ ਸੀਗੇ? ਨਹੀਂ ਇਹ ਨਹੀਂ ਪਤਾ ਸਰ। ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮੁਨੀਸ਼ ਤੇ? ਨਹੀਂ। ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ? ਉਹਦੇ 2 ਗੋਲੀਆਂ ਲੱਗੀਆਂ, ਇੱਕ ਆਰ ਪਾਰ ਹੋ ਗਈ ਤੇ ਇੱਕ ਲੱਤ 'ਚ ਲੱਗ ਗਈ। ਕੀ ਅਚਾਨਕ ਚੱਲੀ ਜਾਂ ਕਿ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ, ਤੁਹਾਡੇ ਸਾਹਮਣੇ ਵਾਲੀ ਗੋਲੀ? ਨਹੀਂ ਨਹੀਂ, ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ। ਹਾਂਜੀ। ਤੇ ਪਤਾ ਨਹੀਂ ਗੋਲੀ ਕਿੱਦਾਂ ਚੱਲੀ? ਨਹੀਂ ਨਹੀਂ। ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ? ਹਾਂਜੀ, ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ। ਹਾਂਜੀ। ਤੇ ਫਾਦਰ ਤੁਹਾਡੇ ਜਿਹੜੇ ਸੋਹਰਾ ਸਾਹਿਬ? ਸੋਹਰਾ ਸਾਹਿਬ ਮੇਰੇ ਹੋਸਪਿਟਲ। ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਸੋਹਰਾ ਸਾਹਿਬ ਨਾਲ? ਨਹੀਂ ਨਹੀਂ, ਫੋਨ ਵੀ ਸਾਡੇ ਉਹ ਲੈ ਗਏ ਨਾ ਸਾਰੇ। ਪੁਲਿਸ ਬਾਹਰ ਵੀ ਖੜੀ ਹੈ ਤੁਹਾਡੇ? ਹਾਂਜੀ। ਕੀ ਕਿਉਂ ਖੜੇ ਬਾਹਰ, ਕੀ ਕਹਿੰਦੇ ਪਏ ਆ? ਅੰਦਰ ਕਿਸੇ ਨੂੰ ਆਉਣ ਨਹੀਂ ਦੇ ਰਹੇ? ਕਹਿੰਦੇ ਵੀ ਜੇ ਕੋਈ ਮੁੰਡਾ ਆਉਂਦਾ ਆ, ਕੋਈ ਆਉਂਦਾ ਆ, ਵੀ ਉਹਨੂੰ ਅੰਦਰ ਨਾ ਆਉਣ ਦਿਓ, ਵੀ ਕੋਈ ਰਿਸ਼ਤੇਦਾਰ ਆਉਂਦਾ ਜਿੱਦਾਂ।
ਕਿ ਅੰਦਰ ਨਾ ਆਉਣ ਦਿਓ, ਬਸ ਉਹਨਾਂ ਨੇ ਨਹੀਂ ਗੱਲ ਹੀ ਕੀਤੀ। ਤੁਸੀਂ ਕੀ ਕੌਣ ਹੋ? ਮੈਂ ਉਹਦੀ ਮੰਮੀ ਹਾਂ, ਤਾਈ ਹਾਂ ਉਹਦਾ, ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ, ਅਤੇ ਮੈਂ ਤਾਂ ਬਾਅਦ 'ਚ ਆਈ ਹਾਂ ਜਦੋਂ ਲੈ ਲੂ। ਹਾਂਜੀ, ਕੋਈ ਗੱਲਬਾਤ ਹੋਈ ਤੁਹਾਡੀ? ਕਿਸੇ ਨਾਲ ਨਹੀਂ ਹੋਈ। ਕੀ ਮੰਗਦੇ ਹੋ? ਇਨਸਾਫ਼ ਦੀ ਮੰਗ। ਹਾਂਜੀ, ਇਨਸਾਫ਼ ਮੰਗਦੇ ਹੋ ਤੁਸੀਂ? ਕੀ ਕਹਿਣਾ ਚਾਹੋਗੇ? ਹਾਂਜੀ,